ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਵਿੱਚ 3 ਫੇਜ਼ਿਸ ਦੇ ਵਿੱਚ ਚੋਣਾਂ ਹੋਣਗੀਆਂ, ਜਿਸ ਦੇ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ 90 ਵਿਧਾਨ ਸਭਾ ਸੀਟਾਂ ਨੇ ਅਤੇ ਹਰਿਆਣਾ ਦੇ ਵਿੱਚ ਵੀ 90 ਵਿਧਾਨ ਸਭਾ ਸੀਟਾਂ ਨੇ, ਅਤੇ ਜਿਸ ਦੇ ਲਈ ਅੱਜ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਹੈ ਤਾਂ 2 ਸਟੇਟਸ ਜਿਸ ਦੇ ਵਿੱਚ J&K ਜਿੱਥੇ UT ਬਣਨ ਤੋਂ ਬਾਅਦ ਪਹਿਲੀ ਵਾਰ ਇਲੈਕਸ਼ਨ ਹੋ ਰਹੀ ਹੈ, ਉੱਥੋਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਹਰਿਆਣਾ ਲਈ ਤਾਰੀਖਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ 90 ਵਿਧਾਨ ਸਭਾ ਸੀਟਾਂ ਨੇ, ਜਿਸ ਦੇ ਵਿੱਚ ਜੰਮੂ ਲਈ ਜੇਕਰ ਗੱਲ ਕੀਤੀ ਜਾਵੇ ਤਾਂ 9 ਸੀਟਾਂ ਰਾਖਵੀਆਂ ਨੇ ਅਤੇ 10 ਸਾਲ ਬਾਅਦ ਚੋਣਾਂ ਹੋ ਰਹੀਆਂ ਨੇ। ਧਾਰਾ 370 ਹਟਣ ਤੋਂ ਬਾਅਦ ਪਹਿਲੀ ਵਾਰ ਹੈ ਕਿ ਵੋਟਾਂ ਪੈਣੀਆਂ ਨੇ, ਤਾਂ ਪਹਿਲਾਂ ਇੱਥੇ ਕਾਰਜਕਾਲ 6 ਸਾਲ ਹੁੰਦਾ ਸੀ ਅਤੇ ਹੁਣ ਸਰਕਾਰ ਦਾ ਕਾਰਜਕਾਲ 5 ਸਾਲ ਹੋਏਗਾ। ਜੰਮੂ ਕਸ਼ਮੀਰ ਦੇ ਵਿੱਚ 3 ਪੜਾਅ 'ਚ ਚੋਣਾਂ ਹੋਣੀਆਂ ਨੇ, 4 ਅਕਤੂਬਰ ਨੂੰ ਨਤੀਜੇ ਆਉਣੇ ਨੇ। ਜੰਮੂ ਕਸ਼ਮੀਰ ਦੇ ਵਿੱਚ 3 ਪੜਾਅ 'ਚ ਵੋਟਾਂ ਪੈਣੀਆਂ ਨੇ, 18 ਅਤੇ 25 ਸਤੰਬਰ ਦੇ ਨਾਲ ਨਾਲ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਤਾਂ ਇਸ ਵੇਲੇ ਦੀ ਵੱਡੀ ਖਬਰ ਦੱਸ ਦਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੰਮੂ ਕਸ਼ਮੀਰ ਦੇ ਵਿੱਚ 3 ਫੇਜ਼ਿਸ ਦੇ ਵਿੱਚ ਇਲੈਕਸ਼ਨ ਹੋਏਗੀ, ਜਿਸ ਦੇ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਪਹਿਲਾ ਜਿਹੜਾ ਫੇਜ਼ ਹੈ ਉਹ 18 ਸਤੰਬਰ ਨੂੰ ਹੋਏਗਾ, ਦੂਜਾ ਫੇਜ਼ 25 ਸਤੰਬਰ ਨੂੰ ਅਤੇ ਤੀਜਾ ਫੇਜ਼ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਅਤੇ ਜੰਮੂ ਕਸ਼ਮੀਰ ਦੇ ਵਿੱਚ ਤੀਜੇ ਚਰਨ ਦਾ ਜਿਹੜਾ ਚੁਣਾਵ ਹੈ ਉਹ 1 ਅਕਤੂਬਰ ਨੂੰ ਹੋਏਗਾ, ਜਦਕਿ 4 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਏਗੀ। ਤਾਂ ਇਸ ਦੇ ਨਾਲ ਹੀ ਹਰਿਆਣਾ ਦੀਆਂ ਤਾਰੀਖਾਂ ਦਾ ਐਲਾਨ ਹੈ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਨੋਮੀਨੇਸ਼ਨਜ਼ ਦੀ ਤਾਂ ਪਹਿਲੇ ਫੇਜ਼ ਲਈ 27 ਅਗਸਤ ਤੋਂ ਉਮੀਦਵਾਰ ਆਪਣਾ ਨੋਮੀਨੇਸ਼ਨ ਫਾਈਲ ਕਰ ਸਕਣਗੇ, ਅਤੇ ਉਮੀਦਵਾਰਾਂ ਲਈ ਜਿਹੜੀ ਸਕਰੂਟਨੀ ਹੈ, ਜੋ ਕਾਗਜ਼ਾਂ ਦੀ ਜਾਂਚ ਹੈ, ਦਸਤਾਵੇਜ਼ਾਂ ਦੀ ਜਾਂਚ ਹੈ, ਉਹ 28 ਅਗਸਤ ਤੱਕ ਅਤੇ ਲਾਸਟ ਡੇਟ ਜਿਹੜਾ ਵਿਦਡਰਾਲ ਦਾ ਹੈ ਉਹ 30 ਤਰੀਕ ਤੱਕ ਹੋਏਗਾ। ਅਤੇ ਪਹਿਲਾ ਜਿਹੜਾ ਫੇਜ਼ ਹੈ 18 ਸਤੰਬਰ, ਦੂਜਾ ਫੇਜ਼ 25 ਸਤੰਬਰ ਅਤੇ ਤੀਜਾ 1 ਅਕਤੂਬਰ, ਅਤੇ 4 ਤਰੀਕ ਨੂੰ ਜੰਮੂ ਕਸ਼ਮੀਰ ਦੇ ਨਤੀਜੇ ਆਉਣਗੇ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਅਤੇ ਹਰਿਆਣਾ ਲਈ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ 18, 25 ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ, 4 ਅਕਤੂਬਰ ਨੂੰ ਨਤੀਜੇ ਆਉਣੇ ਨੇ। ਤਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ 370 ਧਾਰਾ ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਪਹਿਲੀ ਵਾਰ ਵੋਟਾਂ ਪੈਣੀਆਂ ਨੇ, ਅਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਕਾਫੀ ਉਤਸ਼ਾਹ ਸੀ ਜਦੋਂ ਲੋਕ ਸਭਾ ਦੀਆਂ ਚੋਣਾਂ ਲਈ ਵੋਟਾਂ ਪਈਆਂ, ਤਾਂ ਉਸ ਵੇਲੇ ਕਾਫੀ ਉਤਸ਼ਾਹ ਜਿਹੜਾ ਹੈ ਉਹ ਦੇਖਿਆ ਗਿਆ। ਤਾਂ 2 ਸਟੇਟਾਂ, ਦੱਸ ਦਈਏ ਕਿ ਹਰਿਆਣਾ ਦੇ ਵਿੱਚ ਫਿਲਹਾਲ BJP ਦੀ ਸਰਕਾਰ ਹੈ, ਦੂਜੀ ਵਾਰ BJP ਦੀ ਸਰਕਾਰ ਬਣੀ ਹੋਈ ਹੈ, ਅਤੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟੜ, ਉਹਨਾਂ ਦੀ ਬਜਾਏ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਹਰਿਆਣਾ ਦੇ ਵਿੱਚ ਚੋਣ ਹੋਣ ਜਾ ਰਹੀ ਹੈ। ਜੰਮੂ ਕਸ਼ਮੀਰ ਦੀ ਤਾਰੀਖ ਤਾਂ ਸਾਹਮਣੇ ਆ ਚੁੱਕੀ ਹੈ, ਅਤੇ ਹਜੇ ਹਰਿਆਣਾ ਦੀਆਂ ਤਾਰੀਖਾਂ ਦਾ ਐਲਾਨ ਬਾਕੀ ਹੈ। 18, 25 ਅਤੇ 1 ਅਕਤੂਬਰ ਨੂੰ ਇਹ ਵੋਟਾਂ ਪੈਣੀਆਂ ਨੇ। ਤਾਂ ਜੰਮੂ ਕਸ਼ਮੀਰ ਦੇ ਵਿੱਚ ਦੱਸ ਦਈਏ ਕਿ 3 ਪੜਾਅ 'ਚ ਵੋਟਾਂ ਪੈਣੀਆਂ, 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਣੀ ਹੈ, ਅਤੇ ਹਰਿਆਣਾ ਦੇ ਵਿੱਚ 1 ਅਕਤੂਬਰ ਨੂੰ ਵੋਟਿੰਗ ਹੋਣੀ ਹੈ, ਹਰਿਆਣਾ ਦੇ ਵਿੱਚ 1 ਗੇੜ ਦੇ ਵਿੱਚ ਇਹ ਵੋਟਿੰਗ ਹੋਣੀ ਹੈ, ਅਤੇ 4 ਅਕਤੂਬਰ ਨੂੰ ਦੋਹਾਂ ਦੇ ਨਤੀਜੇ ਆਉਣਗੇ। ਤਾਂ ਦੱਸ ਦਈਏ ਕਿ J&K ਦੀ ਗੱਲ ਕੀਤੀ ਜਾਵੇ ਅਤੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ
ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾਅ 'ਚ ਵੋਟਾਂ ਪੈਣੀਆਂ ਨੇ ਅਤੇ ਹਰਿਆਣਾ ਦੇ ਵਿੱਚ 1 ਅਕਤੂਬਰ ਨੂੰ ਵੋਟਾਂ ਪੈਣੀਆਂ ਅਤੇ ਨਤੀਜੇ ਸੇਮ ਡੇ 4 ਅਕਤੂਬਰ ਨੂੰ ਹੀ ਆਉਣਗੇ। ਤਾਂ ਦੇਖਣਾ ਹੋਏਗਾ ਕਿ ਹੁਣ J&K 'ਚ ਕਿਸ ਦੀ ਸਰਕਾਰ ਬਣਦੀ ਹੈ ਅਤੇ ਖਾਸ ਕਰਕੇ ਹਰਿਆਣਾ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ। ਕੀ ਹਰਿਆਣਾ ਦੇ ਵਿੱਚ BJP ਦੁਬਾਰਾ ਤੋਂ ਹੈਟ੍ਰਿਕ ਮਾਰਦੀ ਹੈ ਜਾਂ ਫਿਰ ਕਾਂਗਰਸ ਜਿੱਤੇਗੀ ਅਤੇ ਆਮ ਆਦਮੀ ਪਾਰਟੀ ਵੀ ਇਸ ਵਾਰ ਹਰਿਆਣਾ ਇਲੈਕਸ਼ਨ ਲੜ ਰਹੀ ਹੈ। ਹਰਿਆਣਾ ਦੇ ਲਈ ਵੋਟਾਂ ਦੀਆਂ ਤਾਰੀਖਾਂ ਦਾ ਐਲਾਨ ਹੋ ਚੁੱਕਿਆ। ਇੱਕ ਫੇਜ਼ ਦੇ ਵਿੱਚ ਹੀ ਹਰਿਆਣਾ ਦੇ ਵਿੱਚ ਵੋਟਾਂ ਪੈਣੀਆਂ ਨੇ। ਦੱਸ ਦਈਏ ਕਿ 1 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵੋਟਾਂ ਪੈਣੀਆਂ ਅਤੇ 4 ਅਕਤੂਬਰ ਨੂੰ ਨਤੀਜਾ ਆਵੇਗਾ। ਵੱਡੀ ਖਬਰ ਹੈ, ਜੰਮੂ ਕਸ਼ਮੀਰ ਗਵਾਂਢੀ ਰਾਜ ਹੈ ਅਤੇ ਹਰਿਆਣਾ ਵੀ ਗਵਾਂਢੀ ਰਾਜ ਹੈ, ਸੂਬਾ ਇਹ ਜਿੱਥੇ ਇਹ ਵੋਟਾਂ ਪੈਣੀਆਂ ਨੇ। ਵਿਧਾਨ ਸਭਾ ਚੋਣਾਂ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 1 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਨੇ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ। ਅਤੇ ਉੱਧਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ ਦੇ ਵਿੱਚ 3 ਫੇਜ਼ਿਸ ਦੇ ਵਿੱਚ 25 ਸਤੰਬਰ, 18 ਸਤੰਬਰ ਅਤੇ 1 ਅਕਤੂਬਰ, ਹਾਲਾਂਕਿ ਜਿਹੜਾ ਰਿਜ਼ਲਟ ਹੈ ਉਹ ਸੇਮ ਡੇ ਆਏਗਾ, 4 ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਾਰੀਖਾਂ ਦਾ ਐਲਾਨ ਕੀਤਾ ਗਿਆ। ਇਹ ਦੱਸ ਦਈਏ ਕਿ ਲੋਕਤੰਤਰ ਦੇ ਵਿੱਚ ਜੋ ਸਭ ਤੋਂ ਵੱਡਾ ਪਰਵ ਮੰਨਿਆ ਜਾਂਦਾ ਹੈ ਚੋਣਾਂ ਨੂੰ, ਉਸ ਦੇ ਵਿੱਚ ਹੁਣ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਜੰਮੂ ਕਸ਼ਮੀਰ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਸਰਕਾਰ ਦਾ ਜਿਹੜਾ ਟਨਿਓਰ ਹੈ, ਜਿਹੜਾ ਕਾਰਜਕਾਲ ਹੈ, ਉਹ 6 ਸਾਲ ਰਹਿੰਦਾ ਸੀ, ਪਰ ਧਾਰਾ 370 ਹਟਣ ਤੋਂ ਬਾਅਦ ਅਤੇ ਯੂਨੀਅਨ ਟੈਰੀਟਰੀ ਵਟਾਉਣ ਤੋਂ ਬਾਅਦ ਹੁਣ ਇੱਥੇ ਵੀ ਕਾਰਜਕਾਲ 5 ਸਾਲ ਹੀ ਰਹੇਗਾ। ਅਤੇ ਪਹਿਲੀ ਵਾਰ ਹੈ ਜਦੋਂ ਹੁਣ J&K ਦੇ ਵਿੱਚ ਧਾਰਾ 370 ਹਟਣ ਤੋਂ ਬਾਅਦ ਵੋਟਾਂ ਪੈਣੀਆਂ ਨੇ। ਅਤੇ ਹਰਿਆਣਾ ਦੇ ਵਿੱਚ 2 ਜਿਹੜੇ ਕਾਰਜਕਾਲ ਨੇ ਉਹ BJP ਸਰਕਾਰ ਕਰੀਬ ਪੂਰੇ ਕਰ ਚੁੱਕੀ ਹੈ। ਪਹਿਲਾਂ BJP ਦੀ ਸਰਕਾਰ ਬਣੀ, ਦੁਬਾਰਾ ਫਿਰ 2 ਵਾਰ ਜਿਹੜੀ ਸਰਕਾਰ ਬਣ ਚੁੱਕੀ ਹੈ ਅਤੇ 3ਜੀ ਵਾਰ ਹੁਣ ਮੁੜ ਤੋਂ BJP ਚੋਣ ਮੈਦਾਨ 'ਚ ਉਤਰੇਗੀ। ਕੀ ਹੈਟ੍ਰਿਕ ਮਾਰੇਗੀ ਜਾਂ ਨਹੀਂ, ਇਹ ਦੇਖਣਾ ਹੋਏਗਾ, ਜਾਂ ਫਿਰ ਕਾਂਗਰਸ ਵਾਪਸੀ ਕਰਦੀ ਹੈ। ਅਤੇ ਉੱਧਰ INLD ਅਤੇ BSP ਦਾ ਵੀ ਸਮਝੌਤਾ ਹੈ ਅਤੇ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਦੇ ਵਿੱਚ ਹੈ, ਜਿਹੜੀ ਕਹਿ ਰਹੀ ਹੈ ਕਿ ਬਦਲਾਅ ਕਰਾਂਗੇ, ਦੇਖਣਾ ਹੋਏਗਾ। ਤਾਂ ਨਤੀਜਿਆਂ ਦੀਆਂ ਤਰੀਕਾਂ ਤੁਹਾਨੂੰ ਦੱਸ ਰਹੇ ਹਾਂ। ਜਿਸ ਢੰਗ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ 3 ਪੜਾਅ 'ਚ ਵੋਟਾਂ ਪੈਣੀਆਂ ਨੇ, 18, 25 ਅਤੇ 1 ਅਕਤੂਬਰ ਨੂੰ, 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ, ਅਤੇ ਹਰਿਆਣਾ ਦੇ ਵਿੱਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ, 1 ਗੇੜ ਦੇ ਵਿੱਚ ਹੀ ਵੋਟਿੰਗ ਹੋਏਗੀ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ। ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਹਰਿਆਣਾ 'ਚ ਵਿਧਾਨ ਸਭਾ ਦੀਆਂ 90 ਸੀਟਾਂ ਨੇ ਅਤੇ ਜੰਮੂ ਕਸ਼ਮੀਰ 'ਚ ਵੀ ਵਿਧਾਨ ਸਭਾ ਦੀਆਂ 90 ਸੀਟਾਂ ਨੇ, ਜਿਸ ਦੇ ਵਿੱਚ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 3 ਫੇਜ਼ ਦੇ ਵਿੱਚ ਹਰਿਆਣਾ ਦੇ ਵਿੱਚ ਵੋਟਾਂ ਪੈਣੀਆਂ ਨੇ, ਮਾਫ ਕਰਨਾ, ਜੰਮੂ ਕਸ਼ਮੀਰ ਦੇ ਵਿੱਚ 3 ਗੇੜ ਦੇ ਵਿੱਚ ਵੋਟਾਂ ਪੈਣੀਆਂ ਨੇ ਅਤੇ 1 ਗੇੜ ਦੇ ਵਿੱਚ ਹਰਿਆਣਾ ਦੇ ਵਿੱਚ ਵੋਟਾਂ ਪੈਣਗੀਆਂ। ਅਤੇ ਜੰਮੂ ਕਸ਼ਮੀਰ ਦੇ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ, ਅਤੇ ਹਰਿਆਣਾ ਦੇ ਵਿੱਚ 1 ਅਕਤੂਬਰ, 1 ਗੇੜ ਦੇ ਵਿੱਚ ਹੀ ਵੋਟਿੰਗ ਹੋਣੀ ਹੈ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ।